ਤੂੰ ਕਿੰਨੀ ਗਰਮੀ ਆ, ਰਸੋਈ ਚ ਵੜਨ ਨੂੰ ਓਦਾਂ ਨੀ ਜੀ ਕਰਨ ਡਿਆ, ਰਸੋਈ ਵੱਲ ਦੇਖਦੇ ਹੀ ਕਾਹਲੀ ਪੈਣ ਡਈ ਆ, ਉੱਤੋਂ ਇਹ ਆ ਗਈ ਆ, ਹੁਣ ਇਹਨੂੰ ਕਦੀ ਚਾਹ ਬਣਾਓ ਤੇ ਕਦੀ ਕੁਛ ਬਣਾਓ, ਕੀ ਕਰੇ ਬੰਦਾ, ਕੋਈ ਹਾਲ ਨੀ ਸੱਚੀ, ਮੈਨੂੰ ਤਾਂ ਪਤਾ ਨੀ ਲੱਗਣ ਦੀ ਤਰੀਏ ਚਾਹ ਲੱਗੀ ਆ, ਚਾਹ ਹੀ ਤਾਂ ਦੀਦੀ ਮੈਨੂੰ ਸੁੱਜੋ ਨਾ ਓੜਨ ਨੀ ਲਈ, ਰਸੋਈ ਵੱਲ ਦੇਖ ਤੇ ਓਦਾਂ ਗਸੀ ਪੈਣ ਗਈ ਆ, ਗਸੀ ਕਿਆ ਪੈ ਪੈਣੀ ਆ ਭੈਣੇ, ਕਿੰਨਾ ਚਿਰ ਜਦੋਂ ਬੰਦਾ ਸੌਂਸਾ ਲਏ ਨਾ ਸਰੀਰ ਕੱਚ ਭੁੰਨਾ ਹੋ ਜਾਂਦਾ ਵਾ, ਮੇਰਾ ਵੀ ਓਦਾਂ ਹੀ ਹੋਇਆ ਪਿਆ, ਮੇਰਾ ਨੀ ਜੀ ਕਰਨ ਡਿਆ ਹੁਣ, ਮੈਂ ਬੜਾ ਵਧੀਆ ਥਾਂ ਤੇ ਸੁੱਤੇ ਬੜਾ ਵਧੀਆ ਲੰਮੇ ਪਏ, ਇਹਨੂੰ ਵੀ ਦੁਪਹਿਰੇ ਅੱਗ ਲੱਗੀ ਵੀ ਠੰਡੇ ਹੋਏ ਆ ਜਾਂਦੇ ਹੋਣੇ ਆ, ਚੱਲ ਸਵੇਰੇ ਸਵੇਰੇ ਆ ਜਾ, ਹੁਣ ਵੇਖੋ ਓਡਰ ਮਾਰਨੇ ਆ, ਪਕੌੜੇ ਬਣਾਓ ਉਹ ਬਣਾਓ ਫਲਾਣਾ ਬਣਾਓ, ਏ ਸੀ ਥੱਲੇ ਬਹਿ ਕੇ ਓਡਰ ਹੀ ਚੱਲਣੇ ਆ, ਜਾ ਨੀ ਭੈਣਾ ਪਕੌੜਿਆਂ ਦਾ ਨਾਂ ਨਾ ਲੈ, ਗੁੜ ਗੁੜ ਤੇਲ ਹੁੰਦਾ ਪਕੌੜੇ, ਪਰ ਉਹਨੂੰ ਤਾਂ ਨੀ ਨਾ ਮਤਲਬ, ਮਰਨਾ ਤੇ ਆਪਾਂ ਵਾ ਗਰਮੀ, ਉਹਨੇ ਤੇ ਏਸੀ ਥੱਲੇ ਬਹਿ ਕੇ ਤਾਂ ਖਾ ਪੀ ਕੇ ਤਾਂ ਪਸਰ ਜਾਣਾ ਉੱਥੇ ਹੀ, ਪਾਣੀ ਨੂੰ ਵੀ ਅੱਜ ਆਪਾਂ ਨੂੰ ਦੇਈ ਜਾਣੀ ਇੰਨੇ ਗੇੜੇ ਲਿਆ ਪਾਣੀ ਖੋ ਲਿਓ, ਤੇਲ ਚੜਦਾ ਵਾ ਮੁੜ ਕੇ ਤੇਰੇ ਵਰਗੀ ਨੂੰ ਸਭ ਤੋਂ ਜ਼ਿਆਦਾ ਤੇਲ ਚੜਨਾ, ਤੇ ਮੁੜ ਕੇ ਤੂੰ ਚੱਕਰ ਖਾ ਕੇ ਡਿੱਗ ਪੈਣਾ, ਮੁੜ ਕੇ ਸਾਰਾ ਕੰਮ ਮੈਨੂੰ ਕਰਨਾ ਪੈਣਾ ਵਾ, ਹੁਣ ਮੈਨੂੰ ਲੱਗਦਾ ਵੀ ਮੰਮੀ ਨੇ ਇਹਨੂੰ ਫੋਨ ਕੀਤਾ ਹੋਣਾ ਵੀ ਜਾ ਵੇਖ ਕੇ ਆ, ਵੀ ਦੱਸ ਅਸੀਂ ਕਿਹੜਾ ਵਿਗਾੜਨ ਨੇ, ਅਸੀਂ ਕਿਹੜਾ ਬਾਹਰ ਦੇ ਬੂਹੇ ਤੱਕ ਖਿਲਾ ਰਿਹਾ, ਕੀ ਪਤਾ ਮੰਮੀ ਨੇ ਕੀਤਾ, ਆਪ ਹੀ ਆ ਗਈ ਆ, ਤੁਹਾਨੂੰ ਇਹਦੀ ਆਦਤ ਦਾ ਪਤਾ ਹੀ ਆ, ਉੱਤੋਂ ਵੇਖਿਆ ਨੀ ਕਿੱਦਾਂ ਕਹਿੰਦੀ ਮੈਂ ਵੇਖ ਕੇ ਆਵਾਂ ਇਹਨੂੰ ਥੋੜੀ ਚੱਜ ਦੇ ਗਿਆ ਵਾਂ, ਆਪ ਨੂੰ ਤੈਨੂੰ ਚੱਜ ਨੀ ਹੈਗਾ ਤੇ ਚੱਜ ਹੋਵੇ ਤੇ ਆਪਣਾ ਘਰ ਸਾਂਭ ਕੇ ਨਾ ਬੈਠੀ ਹੋਵੇ, ਚੱਲ ਇੱਦਾਂ ਕਰ ਚਾਹ ਤੇ ਹੁਣ ਪੈਲਣੀ ਪੈਣੀ ਆ, ਚਾਹ ਕੁੱਟ ਰੱਖ, ਫੁੱਲਵੜੀਆਂ ਹੈਗੀਆਂ ਉਹ ਕੱਢ ਲਈਏ, ਦਫਾ ਕਰੋ ਔਰ ਪਿਆ ਭੁਜੀਆ ਪੇ ਛੋੜੋ, ਪਿਆ ਦਿੰਦੇ ਫੁੱਲਵੜੀਆਂ ਵੀ ਉੱਥੇ ਉਨਾ ਹੀ ਕੰਮ ਆਏ ਨਾ ਪਕੌੜਿਆ ਜਿੰਨਾ ਹੀ, ਚੱਲ ਫੁੱਲਵੜੀਆਂ ਫਿਰ ਵੀ ਨਿਕਲ ਹੀ ਜਾਂਦੀਆਂ ਵਾ, ਇਹ ਰੱਖੂਗੀ ਮੇਰੀ ਮਾਂ ਨਹੀਂ ਹੈ ਇੱਥੇ, ਤੁਸੀਂ ਮੈਨੂੰ ਕੀ ਖਵਾਇਆ ਪਿਆ ਆ, ਕਹੀ ਜਾਣਾ ਇਹਨੇ ਦੀਦੀ, ਇਹਨੇ ਕਿਹੜਾ ਹਟਣਾ ਵਾ, ਥੋੜਾ ਜਿਹਾ ਹੀ ਨਜ਼ਾਰਾ ਹੀ ਆ ਗਿਆ, ਤੁਹਾਨੂੰ ਮੈਂ ਵੱਡਿਆ ਹੀ ਸਾਬੀ ਵੀ ਏਸੀ ਲਵਾ ਲਈਏ, ਤੁਸੀਂ ਵੀ ਬਾਪੂ ਬਣ ਗਏ, ਕੂਲਰ ਹੀ ਲਿਆਉਣਾ ਕੂਲਰ ਹੀ, ਕਿੰਨਾ ਵਧੀਆ ਚਿਲਡ ਹੋਇਆ ਕਮਰਾ, ਠੰਡਾ ਮੇਰਾ ਸਵਰਗ ਵਾ, 50,000 ਰੁਪਇਆ ਲੱਗਦਾ ਇੱਕ ਤੇ ਏਸੀ ਤੇ, ਪੈਸੇ ਵੀ ਕੈਸ਼ ਦੋ ਤੇ ਬਿਮਾਰੀਆਂ ਵੀ ਮੁੱਲ ਲਓ, ਬਿਮਾਰੀ ਮੁੱਲ ਲਓ, ਫਿਰ ਗੱਲ ਤੂੰ ਸੱਚ ਕਰਦੀ, ਪਰ ਓਦਾਂ ਇੱਕ ਗੱਲ ਹੀ ਹੋ, ਬੰਦਾ ਦੁਪਹਿਰੇ ਘੜੀ ਲਾ ਕੇ ਸੁੱਤਾ ਹੋਵੇ ਨਾ, ਦੁੱਖ ਟੁੱਟ ਜਾਂਦੇ, ਪਤਾ ਨੀ ਹੁੰਦਾ ਵੀ ਕਿੱਥੇ ਬੰਦਾ ਪਿਆ ਤੇ ਕਿੱਥੇ ਨਹੀਂ, ਜਾਂ ਹਾਂ 10 ਮਿੰਟ ਅੰਦਰ ਬਹਿ ਤੇ ਇੱਕਦਮ ਬਾਹਰ ਨਿਕਲ ਕੇ ਜਾ, ਤੂੰ ਕਹਿਣਾ ਮੈਂ ਉੱਥੇ ਖਲੋਵਾਂ ਹੀ ਅੰਦਰ ਹੀ ਭੱਜਾਂ, ਸੇਕ ਪੈਂਦਾ ਤੇ ਹੋਰ ਇੱਕਦਮ ਪੈਣਾ ਜਿਹੜਾ, ਪਰ ਯਾਰ ਓਦਾਂ ਇਹਨਾਂ ਦਿਨਾਂ ਵਿੱਚ ਤੇ ਏਸੀ ਚਾਹੀਦਾ, ਇੱਕ ਆ ਤੁਸੀਂ ਬੁਲਟ ਲੈ ਲੈਣਾ ਚੰਗਾ, ਗੱਡੀ ਨਹੀਂ ਜੇ ਗੱਡੀ ਚ ਆਇਆ ਜਾਇਆ ਕਰਨਾ ਸੀ, ਵਧੀਆ ਹੋਣਾ ਸੀ ਸਾਰੇ ਕੰਮ, ਤੁਸੀਂ ਵਗਾਹ ਨੂੰ ਨੀ ਵੱਧਦੇ ਨਿੱਕੇ ਕੰਮਾਂ ਤੇ ਡਿੱਗਦੇ, ਗੱਡੀ ਜੇ ਮੈਂ ਤਾਂ 70-80 ਹਜ਼ਾਰ ਦੀ ਮਰੂਤੀ ਲੈਣਾ, ਤੇ ਮਰੂਤੀ ਹੈ ਤੇ ਗੱਡੀ ਸੀ ਨਾ, ਮੈਂ ਮਰੂਤੀ ਲੈ ਲਈ ਤੇ, ਹੁਣ ਮੈਂ ਤੁਹਾਨੂੰ ਕੂਲਰ ਲੈ ਔਰ ਏਸੀ ਨੇ ਉਹਨੂੰ ਕਿਹਾ ਤੁਸੀਂ ਕਿੱਥੇ ਆਏ ਥੱਲੇ ਕੂਲਰ ਤੇ, ਜੇ ਤਾਂ ਮੈਂ ਗੱਡੀ ਵੱਲ ਨੂੰ ਗਈ ਨੀ, ਤੁਸੀਂ ਆ ਕੇ ਬੁਲਟ ਤੇ, ਜੇ ਮੈਂ ਬੁਲਟ ਤੇ ਗਈ ਨਾ ਤੁਸੀਂ ਪਟੀਲੇ ਤੇ ਆਉਣਾ ਸੀ, ਤੁਸੀਂ ਉੱਤੋਂ ਥੱਲੇ ਨੂੰ ਆਉਂਦੇ, ਜੇ ਗਾਂ ਨੂੰ ਨੀ ਵੱਜਦੇ ਤੁਹਾਡੀ ਸੋਚ ਥੱਲੇ ਕਰ ਰਹੀ ਬਸ, ਫਿਰ ਹੁਣ ਮੈਂ ਕੀ ਕਰਾਂ, ਏਸੀ ਹੁਣੇ ਲਵਾਉਣਾ, ਆਹ ਲਵਾਉਣਾ ਇੱਥੇ ਤੁਸੀਂ ਏਸੀ ਲਵਾਉਣ ਜੋਗੇ ਤਾਂ ਉਦੋਂ ਨਾ ਮੈਨੂੰ ਲਵਾ ਕੇ ਦਿੰਦੇ, ਜਦੋਂ ਮੈਂ ਕਿਹਾ ਸੀ ਤੁਹਾਨੂੰ ਕਿੰਨੀ ਗਰਮੀ, ਸਬਰ ਰੱਖੀ ਦੀ ਹੋਈ ਦੀ ਆ, ਕੋਈ ਵੀ ਕੰਮ ਆ ਸਬਰ ਨਾਲ, ਉਹ ਵੇਖ ਲੈ ਜਦੋਂ ਅੰਨੇ ਪਰ ਜਾਂਦੇ ਮੇਰੀ ਕਿਤੇ ਸੁੱਤੀਆਂ ਇਹਨਾਂ ਦੇ ਚਿਹਰੇ ਨਾਲ, ਪਤਾ ਹੀ ਪੈ ਗਈ ਹੀ ਕੋਸ਼ ਉਹਨਾਂ ਨੂੰ ਕੋਈ, ਤੇ ਤੂੰ ਹੀ ਇਹਨਾਂ ਦਵਾਰੇ ਨਹੀਂ, ਤੁਹਾਨੂੰ ਲੁੱਟ ਕੇ ਲੈ ਜਾਣਾ ਈ ਓ, ਤੁਹਾਡਾ ਸਮਾਨ ਲੈ ਜਾਣਾ, ਫਿਰ ਐਦਾਂ ਹੀ ਹੁੰਦਾ ਈ ਓ, ਜੇ ਇੱਥੇ ਤੇ ਮੰਮੀ ਦੇ ਕਰਕੇ ਕਿਨੇ ਲੁੱਟਣਾ ਨਹੀਂ, ਸਾਡਾ ਤੇ ਘਰ ਛੱਡਣਾ ਨਹੀਂ ਕਿਨੇ, ਤੇਰੇ ਵਰਗੀ ਨੇ ਤੇ ਮਾਰ ਘਰਾੜੇ ਮਾਰਦੀ ਰਹਿਣਾ ਵਾ, ਏਸੀ ਲੱਗ ਗਿਆ ਤੇ ਨਾਲ ਮੰਮੀ ਨੇ ਰਲ ਜਾਣਾ ਤੇਰੇ, ਮੇਰੀ ਗੱਲ ਸੁਣੋ ਤੇ ਮੈਂ ਤਾਂ ਦਵਾਲੇ ਹੋਈ ਸੀ, ਸ਼ਦੈਣਾ ਜੀ ਬੂਹਾ ਨੀ ਮਾਰ ਕੇ ਪਈ ਸੁੱਤੀਆਂ, ਜੇ ਬੂਹੇ ਮਾਰੇ ਤਾਂ ਫਿਰ ਫੜੀ ਮੈਂ ਦਵਾਲੇ ਹੋਣਾ, ਫਿਰ ਤੇ ਮੈਂ ਕਹਿਣਾ ਚੱਲ ਚੰਗਾ
ਇਦਾਂ ਹੀ ਆ, ਬੜੀ ਸਿਆਣੀ ਆ ਤੂੰ ਤੇ ਹੋਰ ਮੇਰੇ ਜਿੰਨਾ ਸਿਆਣਾ ਕੋਈ ਲੱਭਣਾ ਤੈਨੂੰ? ਹਾਂ ਤਾਂ ਹੀ ਤੇ ਤੂੰ ਇੱਥੇ ਆਉਂਦੀ, ਇਹਨਾਂ ਨੂੰ ਸਿਆਣਪ ਨਹੀਂ ਆਉਂਦੀ ਤੇ ਤੂੰ ਆਇਆ ਨੀ ਇੱਥੇ ਵਾਹਵਾ ਸਿਆਣਪ ਸਿਖਾ ਦਿੰਦੀ ਇਹਨਾਂ ਨੂੰ ਆਣ ਕੇ। ਯਾਰ ਨਾਨ ਹੀ ਹੁੰਦੀ, ਇਹਨਾਂ ਨੂੰ ਵੀ ਪਤਾ ਲੱਗੇ ਤੇ ਨਾਨ ਦਾ ਰੋਹਬ ਕੀ ਹੈ, ਕਮ ਸੇ ਕਮ ਮੇਰੇ ਅੱਗੇ ਪਿੱਛੇ ਤੁਰਨ ਫਿਰਨ ਫੇਰ ਹੀ ਪਤਾ ਲੱਗਣਾ ਇਹਨਾਂ ਨੂੰ। ਏਦਾਂ ਤੇ ਇਹਨਾਂ ਨੂੰ ਪਤਾ ਹੀ ਨੀ ਲੱਗਣਾ ਵੀ ਨਾਨ ਦਾ ਰੋਹਬ ਕੀ ਹੈ। ਇੱਥੇ ਫੀਲਿੰਗ ਨਹੀਂ ਵੀ ਭਾਬੀਆਂ ਮਾਰਾ ਦਬਕੇ ਇਹਨਾਂ ਨੂੰ ਇਹ ਲੰਮੇ ਪਈਆਂ, ਤੁਹਾਡਾ ਸਮਾਨ ਲੁੱਟਿਆ ਜਾਣਾ, ਤੁਹਾਡਾ ਉਹ ਲੁੱਟਿਆ ਜਾਣਾ, ਲੈ ਜਾਣਾ ਜੇ ਲੁੱਟ ਕੇ। ਹੱਦ ਹੋ ਗਈ ਤੇਰੇ ਵਾਲੀ, ਜਿੱਥੇ ਚੱਲਦੀ ਉੱਥੇ ਮੈਂ ਚਲਾਉਂਦੀ, ਜਿੱਥੇ ਨਹੀਂ ਚੱਲਦੀ ਉੱਥੇ ਮੈਂ ਛਿੱਤਰ ਦੇ ਜ਼ੋਰ ਨਾਲ ਚਲਾਉਂਦੀ ਹਾਂ ਆਪਣੀ, ਪਤਾ ਨਹੀਂ ਇਹਦਾ ਨੂੰ ਮੇਰਾ। ਚੰਗਾ 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 ਸੁੱਖ ਵੀਰ ਨਹੀਂ ਦੇਖਣ ਡਿਆ, ਕਿੱਧਰ ਨੂੰ ਗਿਆ? ਇਹਨਾਂ ਦਿਨਾਂ ਵਿੱਚ ਨਾ ਕੰਮ ਧੰਦੇ ਦੇ ਦੇਣ ਵਿਹਲਾ ਕੌਣ ਬਹਿੰਦਾ ਘਰ, ਤੁਸੀਂ ਤਾਂ ਮੂੰਹ ਚੁੱਕ ਕੇ ਬੈਠੇ ਰਹਿੰਦੇ ਜੇ ਘਰ, ਅਗਲੇ ਤੇ ਝੋਨਾ ਲੱਗਣ ਡਿਆ ਬੰਬੀ ਤੇ ਹੁਣਾ ਬੰਦੇ ਲਾਏ ਹੋਣੇ ਨਾਲ ਉਹਨੇ। ਓਏ ਉਹ ਵੀ ਗੱਲ ਠੀਕ ਆ, ਹੈ ਤੇ ਕੰਮ ਹੀ ਆ, ਕੰਮ ਮੈਨੂੰ ਵੀ ਤੇ ਹੁੰਦਾ ਹੀ ਆ, ਪਤਾ ਹੀ ਆ ਘਰ ਪਰਾਉਣਾ ਪਰਾਉਣਾ ਕੋਈ ਆ ਜਾਂਦਾ। ਤੁਸੀਂ ਤਾਂ 2 ਕਿੱਲੇ ਕੀ ਪਤਾ ਕਦੋਂ ਝੋਨਾ ਲਾਉਣਾ ਕਦੋਂ ਨਹੀਂ, ਤੁਸੀਂ ਤਾਂ ਕਿਤੇ ਧਿਆਨ ਹੀ ਨੀ ਦੇਣ ਦੇ ਝੋਨੇ ਵੱਲ, ਇਹ ਲਾ ਲਈਏ। ਕੀ ਦੁਪਹਿਰੇ ਸੜਦਾ ਰਹਿੰਦਾ ਉੱਥੇ ਸਾਬੀ, ਦੁਪਹਿਰੇ ਸੜ ਸੜ ਕੇ ਸਾਰਾ ਕੁਛ ਬਣਿਆ, ਤੁਸੀਂ ਨੀ ਆਪਣੇ ਆਪ ਨੂੰ ਦੁਪਹਿਰੇ ਸੜੋਗੇ ਨਾ ਤੇ ਫੇਰ ਹੀ ਕੁਛ ਨਾ ਕੁਛ ਬਣਨਾ, ਨਾ ਵਿਹਲੇ ਬੈਠੇ ਤਾਂ ਕੁਛ ਬਣ ਨੀ ਜਾਣਾ। ਕਰਦਾ ਵਾ ਮੈਂ ਵੀ ਚੰਗਾ ਭਲਾ। ਅੱਛਾ ਨਿਗਾਹ ਜਿਹਾ ਮੁੰਡਾ ਨੀ ਦੇਖਣ ਡਿਆ? ਨਿਗਾਹ ਜਦੋਂ ਸੱਚਾ ਹੋ ਮੈਨੂੰ ਆਪਣੇ ਧਿਆਨ ਆਇਆ, ਉਹ ਪਤਾ ਨੀ ਕਿੱਥੇ ਹੀ ਹੋ, ਪਰ ਇੱਕ ਗੱਲ ਮੈਨੂੰ ਦੱਸੋ ਆਪਣਾ ਝੋਨਾ ਕਿੱਦਾਂ ਲਾਉਣਾ ਤੁਸੀਂ? ਕਰਦਾ ਵਾ ਪਤਾ ਹੁਣ ਮੈਂ ਜਾ ਕੇ। ਕਰਨਾ ਤੁਸੀਂ ਪਤਾ ਨੀ ਕਿੱਦਾਂ, ਸਭ ਲੋਕਾਂ ਨੇ ਲਾ ਲਏ ਹੋ, ਤੁਸੀਂ ਪਤਾ ਨੀ ਕਿੱਦਾਂ ਕਰਨਾ। ਹਲੇ ਕਿੱਥੇ ਸਭ ਲੋਕਾਂ ਨੇ ਲਾ ਲਏ, ਹਲੇ ਪਰਸੋਂ ਦੇ ਲੋਕਾਂ ਨੇ ਹੱਥ ਲਾਇਆ ਵਾ। ਨਾ ਤੇ ਪਰ ਜਿੰਨਾਂ ਨੇ ਲਾਉਣੀ ਹੁਣ ਸਾਡਾ ਹੁਣ ਇੱਧਰ ਲੱਗਣ ਹੀ ਡਿਆ, ਤੇ ਤੁਸੀਂ ਵੀ ਲਾ ਲਓ ਤੇ ਚੱਲ ਬੰਦਾ ਟਾਈਮ ਨਾਲ ਉਹਨੂੰ ਖਾਦ ਪੈਂਦੀ ਪਾਣੀ ਲੱਗਦਾ। ਬਿਜਲੀ ਆਉਣ ਲੱਗ ਪਈ ਆ, ਮੈਂ ਛੱਡ ਦੇਣਾ ਕੱਲ ਨੂੰ ਜਾ ਕੇ ਪਾਣੀ, ਹੁਣ ਕੱਲ ਤੋਂ ਛੱਡਦਾ ਵਾ, ਦੋਹਾਂ ਦਿਨਾਂ ਝੋਨਾ ਲਵਾ ਕੇ ਪਰੇ ਕਰਨਾ। ਬਹੁਤ ਕਹਿ ਕਿਤੇ ਤੁਸੀਂ, ਦੇਖਾ ਤੁਹਾਡਾ ਦੋਹਾਂ ਦਿਨਾਂ ਤੁਸੀਂ ਮਾਂ ਕੱਦੂ ਹੀ ਕਰਨਾ ਕਿਤੇ। ਚੰਗਾ ਹਜੇ ਤੇ ਤੁਹਾਨੂੰ ਜਿਹੜੇ ਮੋਟਰ ਵਾਲੇ ਉਹਨੇ ਵੀ ਨੀ ਪਤਾ ਕਿ ਉਹਨੇ ਆਪ ਪਹਿਲਾਂ ਝੋਨਾ ਲਾਉਣਾ ਕਿ ਤੁਹਾਨੂੰ ਲਾਉਣ ਦੇਣਾ, ਪਤਾ ਨੀ ਕੁਛ। ਪਹਿਲਾਂ ਹੀ ਗੱਲ ਕੀ ਆ, ਹਲੇ ਉਹਨੇ ਨੀ ਹੱਥ ਲਵਾਇਆ, ਉਹ ਤੋਂ ਪਹਿਲਾਂ ਪਹਿਲਾਂ ਮੈਂ ਲਵਾ ਲੈਣਾ। ਜੇ ਉਹਨੇ ਹੱਥ ਨੀ ਲਾਇਆ ਤੇ ਫਿਰ ਤੁਸੀਂ ਵੇਲਾ ਕਿਹੜਾ ਵੇਖਣ ਡੇ ਜੀ? ਮੈਂ ਤੈਨੂੰ ਕਹਿਣ ਡਿਆ ਵਾ ਵੀ ਕੱਲ ਤੋਂ ਕਰ ਲੈਣਾ ਕੰਮ ਚਾਲੂ। ਦੀਦੀ ਚਾਹ ਬਣ ਗਈ ਆ, ਚਲ ਪਾ ਗਏ ਤੇ ਖਾਣ ਆਇਆ ਤੇ ਪੇਟ ਪੂਜਾ ਹੋ ਗਏ। ਢਿੱਡ ਪਾ ਗਈ, ਢਿੱਡ ਪਾ ਗਈ, ਮੈਂ ਖਾਲਾ ਨਹੀਂ ਮੇਰਾ, ਮੈਨੂੰ ਕਹਿੰਦਾ ਤੂੰ ਨਾ ਖਾ, ਭੁੱਖਾ ਕਹਿੰਦਾ ਨਾ ਮੈਂ ਆਪੇ ਖਾ ਲਈ। ਹਾਂਜੀ ਮੰਮਾ ਖਾਈ ਜਾਂਦੀ ਵੇਖੋ, ਨਾ ਦੱਸਦਾ ਨੀ ਤੁਹਾਡਾ ਖਾਣ ਦੀ ਮੰਮਾ। ਚੱਲ ਮੈਂ ਸੁੱਟ ਲਿਆ ਰੱਖਾਂ, ਬਿਸਕੁਟਾਂ ਵੱਲ ਦੇ ਕੇ ਨਾਸਾਂ ਚਾਹੀ ਉਹਨੇ ਵਿੱਚ। ਚੱਲ ਕੋਈ ਗੱਲ ਨੀ, ਹੁਣ ਕਿੱਥੋਂ ਲਿਆਈਏ ਕਾਜੂ ਕਤਲੀ? ਆਹੋ ਰਗੜ ਗਰਮੀ ਪੈਣ ਡੀ, ਮੈਂ ਨਾਲ ਖੜਾ। ਚਲੋ ਉਹ ਤੂੰ ਨਾ ਨੀ ਪੀ, ਸੋਹਣੀ ਥੱਲੇ ਲਾ ਦੋ, ਬੜੀ ਸੋਹਣੀ ਹੈ, ਆ ਜਾ ਅੰਦਰ ਚੱਲੀਏ, ਕੋਈ ਲੱਗੇ ਚਲੋ ਕੋਈ ਲੱਗੇ ਚੱਲੀਏ। ਚਾਚੀ ਹੁਣੀ ਗਏ ਨੀ, ਸ਼ਪੀਲ ਵੀ ਉੱਥੇ ਵੀ ਸੀਗਾ, ਉੱਥੋਂ ਲਿਆ ਦਿੱਤਾ ਉਹਨਾਂ ਨੇ। ਮੁੰਡਾ ਦੁਪਹਿਰੇ ਉਹਨਾਂ ਨਾਲ ਕੱਢਿਆ ਨੀ, ਇੱਕ ਤਾਂ ਚਾਚੀ ਨੀ ਟਿਕਦੀ, ਦੁਪਹਿਰੇ ਮੁੰਡੇ ਨੂੰ ਲੈ ਜਾਂਦੀ ਆ। ਨਹੀਂ ਚੱਲ ਕੋਈ ਗੱਲ ਨੀ, ਪਿਆਰ ਨਾਲ ਹੀ ਕਰਦੇ ਆ, ਸਾਰਿਆਂ ਘਰਾਂ ਚ ਇੱਕੋ ਨਿਆਣਾ ਵਾ, ਹੁਣ ਉਹ ਲੈ ਜਾਂਦੇ। ਬਾਕੀ ਬਹਿ ਜਾਓ ਤੁਸੀਂ,
ਸਵਾਦ ਲਾਏ ਆ ਕੜਾਹ ਨੂੰ ਬਣਾ ਬਣਾ ਕੇ ਖਾਣ ਡਈ ਆ। ਨਹੀਂ ਨਹੀਂ ਉਥੋਂ ਆਇਆ ਨਾਲੇ ਆਪਣਾ ਘਰ ਆ ਬਹਿ ਜਾ ਬਾਬੇ ਕੋਈ ਨੀ ਫਤਿਹ ਤੂੰ ਪਤਾ ਘਰ ਰਿਹਾ ਕਰ ਤੈਨੂੰ ਕੱਢ ਕੇ ਤੇ ਮਾਵਾਂ ਤੇਰੀਆਂ ਨਜ਼ਾਰੇ ਲੈਣ ਡੀਆਂ ਸੁੱਤੀਆਂ ਹੀ ਹੈ ਕਿਤੇ ਘਰ ਖੜਾਉਂਦੀਆਂ ਰਹਿੰਦੀਆਂ ਵਾ ਆਪ ਵੀ ਉਂਗਲ ਫੜ ਕੇ ਸਾਨੂੰ ਲੈ ਜਾਂਦਾ ਵਾ ਹੁਣ ਜਿੱਦਣ ਦੀ ਮੰਮੀ ਗਈ ਆ ਤੇ ਫਿਰ ਸਾਨੂੰ ਕੰਮ ਨੀ ਇਹ ਕਰਨ ਦਿੰਦਾ ਤੇ ਫਿਰ ਉਹ ਉਹਨਾਂ ਦੇ ਨਿਆਣੇ ਲੈ ਜਾਂਦੇ ਆ ਤੇ ਨਾਲੇ ਫਿਰ ਉਹਨਾਂ ਚ ਬੀਲ ਬੀਲ ਨੀ ਲੈ ਗਏ ਕਿ ਇਹਨੂੰ ਉਹਨਾਂ ਧੁੱਪੇ ਜਾਇਆ ਕਰ ਇੱਥੇ ਏਸੀ ਥੱਲੇ ਸੋਇਆ ਕਰ ਤੇਰੇ ਕਰਕੇ ਲਵਾਇਆ ਕਿ ਦਾਦੀ ਤੇਰੀ ਨੇ ਤੈਨੂੰ ਪਤਾ ਵਾ ਨਾ ਮਾਵਾਂ ਤੁਹਾਡੀਆਂ ਕਰਕੇ ਨੀ ਲਵਾਇਆ ਤੇਰੇ ਕਰਕੇ ਲਵਾਇਆ ਜੀ ਤੂੰ ਏਸੀ ਚ ਬਹਿੰਦਾ ਨੀ ਆ ਉਹ ਨਿਕਲਦੀਆਂ ਨੀ ਆ ਪਰ ਉਹ ਤੇ ਨਿਆਣਾ ਉਹਨੂੰ ਥੋੜੀ ਬੰਨ ਕੇ ਬਾਹਰ ਛੱਡ ਦੇ ਇੱਥੇ ਉਹਨੂੰ ਕੋਈ ਨਾ ਕੋਈ ਖੇਡਣ ਨੂੰ ਦਿਆ ਕਰੋ ਖਾਣ ਪੀਣ ਨੂੰ ਇਦਾਂ ਚਲੋ ਚਾਹ ਪੀਏ ਫਿਰ ਹਾਂ ਫੜ ਚਾਹ ਵੀ ਤੁਸੀਂ ਮੈਨੂੰ ਗੱਲ ਕਰਦਾ ਟੋਕਦੇ ਬੜਾ ਜੇ ਮੈਂ ਤਾਂ ਮੁੰਡੇ ਵੱਲੋਂ ਗਈ ਆ ਵੀ ਬਿਮਾਰ ਹੋ ਜੂ ਵਾਧੂ ਉੱਤੇ ਪੈਰੇ ਲੱਗਣੇ ਯਾਰ ਬੱਚੇ ਨਹੀਂ ਇਦਾਂ ਮਿਲਦੇ ਕੋਈ ਗੱਲ ਨਹੀਂ ਚਾਹ ਪੀ ਮਹਾਰਾਜ ਰੱਖਾ ਹੁੰਦਾ ਵਾ ਬੱਚਿਆਂ ਦਾ ਨਿਆਣਾ ਥੱਲੇ ਡੇਗ ਦੇ ਕਦੇ ਸੱਟ ਲੱਗੀ ਵੇਖੀ ਅੱਜ ਤੱਕ ਮਹਾਰਾਜ ਸਾਰੇ ਕੰਮ ਕਰ ਦੋ ਫਿਰ ਕੱਲ ਨੂੰ ਤੁਸੀਂ ਕਹੋਗੀਆਂ ਰੋਟੀਆਂ ਨੀ ਪਕਾਉਣੀਆਂ ਮਹਾਰਾਜ ਨੇ ਪਕਾ ਦੇਣੀਆਂ ਵਾ ਕੱਪੜੇ ਨੀ ਧੋਣੇ ਮਹਾਰਾਜ ਨੇ ਧੋ ਦੇਣੇ ਆ ਮਹਾਰਾਜ ਨੂੰ ਤੋਂ ਥੋੜੀ ਆਣ ਕੇ ਸਾਰੇ ਕੰਮ ਕਰਨੇ ਆ ਚੰਗਾ ਭੈਣ ਚਾਹ ਪੀ ਲਾ ਫੇਰ ਗਿਆਨ ਦੇ ਨੀ ਚੱਲ ਜੀ ਚੁੱਪ ਕਰੋ ਗਰਮੀ ਬੜੀ ਅੱਗੇ ਸਾਡੇ ਕੋਲ ਨੂੰ ਬੋਲਿਆ ਜਾਂਦਾ ਗਰਮੀ ਚ ਜਰੂਰ ਮਰਨਾ ਧੁੱਪੇ ਜਾਣਾ ਦੂਸ ਨਿਆਣੇ ਬਹਿ ਜਾਓ ਘੜੀ ਚੱਲ ਨਾ ਇੱਥੇ ਕੀ ਕਰਨਾ ਵਾ ਤੂੰ ਉੱਥੇ ਜਾ ਕੇ ਕੀ ਕਰਨਾ ਮਾਂ ਕੱਢਣੇ ਆ ਜਾ ਕੇ ਉੱਥੇ ਜਾ ਕੇ ਵੀ ਲੁੱਸਣ ਆਈਆਂ ਨਾਲੇ ਕਿੰਨੀ ਲੋ ਵਗਦੀ ਪਿਆਰ ਤੇ ਮੂੰਹ ਸੜ ਜਾਂਦਾ ਈ ਸੁੱਤੇ ਰਹੋ ਠੰਡੇ ਥਰ ਮਾਰਨਾ ਪੰਜ ਛੇ ਵਜੇ ਨਾ ਜਾਂਦੀ ਨਾਲੇ ਵੀਰ ਆ ਜਾਂਦਾ ਵੀ ਜਿਹਨੂੰ ਮਿਲ ਲੈਨੇ ਆ ਉਹਨੇ ਕਹਿਣਾ ਮੈਨੂੰ ਮਿਲ ਕੇ ਨੀ ਗਈ ਸਟੈਨ ਜੀ ਉਹ ਕੰਮ ਆ ਪਤਾ ਨੀ ਕਿੰਨਾ ਕੁ ਕੰਮ ਲੱਗਾ ਹੋਊਗਾ ਤੇ ਕੰਮ ਹੀ ਨੇ ਤੇ ਕੰਮ ਹੀ ਕਰਨਾ ਫਿਰ ਕੰਮ ਕਰੂਗਾ ਤੇ ਆਹ ਨੋਟ ਹੁੰਦੇ ਆ ਬੈਠਿਆ ਤੋਂ ਤੇ ਨੀ ਡਿੱਗਦੇ ਨੋਟ ਤਾਂ ਹੀ ਤੇ ਅਗਲਾ ਦਿਨ ਰਾਤ ਛਾਪਾਂ ਡਿਆ ਫਿਰ ਹੈਂ ਤੁਸੀਂ ਵੀ ਕੰਮ ਹੀ ਬਣੋ ਤੇ ਆਪੇ ਤੁਹਾਡੇ ਗੜੀ ਵੀ ਨੋਟ ਡਿੱਗਣ ਛਾਪਣ ਡਿਆ ਬਹੁਤ ਕੇ ਮੇਰੀ ਗੱਲ ਸੁਣ ਤੂੰ ਮੇਰੇ ਭਰਾ ਦੇ ਕੰਮ ਤੋਂ ਸੜਦਾ ਵਾ ਕਿ ਜਾਂ ਤੈਨੂੰ ਹੁੰਦਾ ਵਾ ਵੀ ਉਹ ਕੰਮ ਜ਼ਿਆਦਾ ਕਰਦਾ ਤੇਰੇ ਕੋਲ ਹੁੰਦਾ ਨਹੀਂ ਜੇ ਤੈਨੂੰ ਵੱਲ ਨਹੀਂ ਆਉਂਦਾ ਕੰਮ ਦਾ ਗੱਲ ਉਹ ਨਹੀਂ ਆ ਯਾਰ ਕਿਹੜੀ ਗੱਲ ਫਿਰ ਮੈਂ ਕਹਿਣ ਡਿਆ ਵੀ ਟਾਈਮ ਹੋਣ ਡਿਆ ਵਾ ਚੱਲ ਜਾ ਨਹੀਂ ਸੁਣ ਲੈ ਮਨ ਇੱਥੇ ਹੁਣ ਉਸ ਕੀ ਰਹਾ ਮੇਰੇ ਮਨ ਜਿੰਨਾ ਤੱਕ ਮੈਂ ਨਾ ਭੁਲਾਉਂਗੀ ਹਿੱਲੇ ਹੋਣਾ ਹੁਣ ਸੈੱਟ ਹੀ ਨਹੀਂ ਹੁੰਦੇ ਉਹਨਾਂ ਤੱਕ ਜਿੰਨਾ ਤੱਕ ਮੈਂ ਬੋਲਾਂ ਨਾ ਥਾਮੂ ਕਰੋ ਇੱਥੇ ਨਾ ਮੈਂ ਸਵਾਸ ਤਿਆਗਦਾ ਥਾਮੂ ਕਰੋ ਸੁਣ ਜਰ ਮਨ ਹੁਣ ਉਸਕੇ ਹੋਣਾ ਹੁਣ ਜਿੰਨਾ ਤੱਕ ਮੈਂ ਆਵਾਜ਼ ਨਹੀਂ ਦਿੰਦੀ ਮੈਂ ਚਪੇੜ ਮਾਰੀ ਹੈ ਨਾ ਹੁਣ ਮੈਂ ਵੀ ਤੇ ਮਾਰਦਾ ਮੇਖੀ ਕਿੱਦਾਂ ਮਾਰੀ ਫੇਰ ਕਿੱਦਾਂ ਮਾਰੀ ਮੰਮਾ ਨੇ ਕਿੱਦਾਂ ਮਾਰੀ ਆ ਜਾ ਵੀ ਫੇਰ ਮਾਰ ਦਿੱਤੀ ਬਾਹਰ ਬੈਠੀਆਂ ਨੇ ਇਹ ਨਹੀਂ ਲਾ ਪਰੋਣੇ ਆਏ ਕਿਹੜੇ ਭੈਣ ਜੀ ਆਈ ਹੈ ਤੇ ਉਹ ਮਰ ਲਿਆ ਤੇ ਆਪੇ ਹੀ ਬਾਹਰ ਪੈਣਾ ਅਗਲੀ ਕਹਿੰਦੀ ਅਸੀਂ ਛੱਡ ਕੇ ਪਈਆਂ ਚਲੋ ਕੋਲ ਸੁੱਤੀ ਹੈ ਕਦੋਂ ਦੀ ਕਿੱਦਾਂ ਸਪਰੇਅ ਹੋ ਗਈ ਕਮਾਦ ਨੂੰ
ਨਹੀਂ ਆਉਣ ਲੱਗਾ ਘੜੀ ਕਿੱਦਾਂ ਕਰਦਾ ਮੈਂ ਕਰ ਦਿੰਦਾ ਚੁੱਪ ਕਰ ਜੋ ਉੱਠ ਜਾ ਭੈਣ ਤੁਹਾਡੀ ਨੇ ਵੀਰ ਤੁਹਾਨੂੰ ਰੇਟ ਦਾ ਨੀ ਪਤਾ ਹੋਣਾ।
ਗਰਮੀ ਆਪਣੇ ਮਨਾਇਆ ਦੀ ਜਿੰਨੀ ਮਰਜ਼ੀ ਗਰਮੀ ਮਨਾ ਲੋ ਜੇ ਨਹੀਂ ਮਨਾਉਂਦੇ ਤਾਂ ਵੀ ਕੋਈ ਗੱਲ ਨੀ ਕੰਮ ਤਾਂ ਨਾ ਕਰਦੇ ਗਰਮੀ ਘੱਟ ਹੀ ਲੱਗਦੀ ਹੁੰਦੀ ਆਹੋ ਏਦਾਂ ਹੀ ਆ ਹੁਣ ਹੀ ਏਸੀ ਆਏ ਆ ਪਹਿਲਾਂ ਵਧੀਆ ਵਗਦੀ ਆ ਸਰੀਰ ਮੁਰਕੇ ਗਿੱਲਾ ਹੋਇਆ ਹੁੰਦਾ ਹਵਾ ਲੱਗ ਗਿਆ ਠੰਡਾ ਲੱਗਦਾ ਚਾਹ ਪਾਣੀ ਪੀ ਲੈ ਸੋਨੇ ਵਾ ਆਹੋ ਮੇਰੀ ਤਾਂ ਅੱਖ ਲੱਗ ਗਈ ਠੰਡੇ ਥਾਂ ਦੇ ਕਰਕੇ ਅੱਛਾ ਚੰਗਾ ਕੀਤਾ